हाँ जी सत श्री अकाल जी सारे वीरां नूं जी। सो कल मीह बहुत पिया जी, चंगी नेर नूर चखड़ बहुत चलिया, लाइट ने बड़ा परेशान करिया। कल चौर रहा बहुतियां लाइनां लूनां ने टुटियां है, जिहड़ी लाइट का कट चंगा रहा है ना, जिहड़ी अपने घर वाली थी ते ट्रैक्टर धो के हटे सी अपने वाला 4x4 इहदे नाल, क्योंकि बहाई बूही का काम है जिहड़ा लवे लग गया। हुण तां हलां दी बाड़ देनी आपां इक वार, मतलब वह गांह जाके दवांगे, हले खेत फोलने नहीं, क्योंकि जिहड़ा कख कुख है वह जिहड़ा है ना वो जम जुम जूगा, तो वह तो बाद आप फिर वेद पट देंगे। तो इधर आप ट्रैक्टर के टायर पवा लिया 15 के, खुशप्रीत ने 2-3 दिन मिट्टी पर चलाया। हूँ कल पहले दिन गया, कल बेइज्जती कराया आ सतिकाल जी है बई, मैं कल पहले दिन भेजा था, वह पहले दिन बेइज्जती कराया, बेइज्जती ऐ कराती, रेते च फसा लिया ट्रैक्टर, फिर ना मने हैवी ड्राइवर पूरा है भी मैं कढूंगा जी, मैं कढूंगा। अच्छा मैनू एक होर दस, जे टायर नवे पे हैं बाकी बैड वाली तुकियां लवा लैंदियां ने कद्दू च, क्योंकि यही चोबर चलाउणा ਤੇ ਹਲ ਵਾਤੀ ਇਹਨੂੰ ਰੰਗ ਮਾਰ ਦੀ ਨਾ ਰੰਗ ਮਾਰੋ ਮੈਂ ਕਿਹਾ ਉੱਥੇ ਏਜੰਸੀ ਚ ਲਿਆਉਣ ਦੀ ਉਹ ਸਪਰੇਅ ਜੀ ਆਪਣੇ ਕੋਲ ਪਈ ਹੈ ਉਹ ਅਮਨੀ ਦੇ ਗਿਆ ਤਾਂ ਮੈਸੀ ਟਰੈਕਟਰ ਵਾਲੀ ਜਿਹਨੇ ਲਾਓ ਵੀ ਤੇ ਉਹ ਵੀ ਪਿਆ ਆਪਣੇ ਕੋਲ ਉਹ ਵੀ ਸਿਲਵਰ ਦੀ ਮੈਂ 1-2 ਸਪਰੇਹਾਂ ਲਿਆ ਕੇ ਰੱਖੀਆਂ ਨੇ ਸਪਰੇਹਾਂ ਮਾਰਦੇ ਆ ਇਹਦੇ ਟਰੈਕਟਰ ਦੀ ਹੁਣ ਕਰਾਉਣੀ ਹੈ ਲੈਮੀਨੇਸ਼ਨ ਆਪਾਂ ਥੋੜੇ ਥੋੜੇ ਪਾਰਟ ਇੱਕ ਤਾਂ ਪਾਵਰ ਪਲੱਸ ਦਾ ਆਪਾਂ ਨੇ ਆਹ ਵਾਲਾ ਸਾਰਾ ਪਾਰਟ ਕਰਾਇਆ ਵਾ ਕਿਉਂਕਿ ਜਦਾਂ ਆਈ ਦਾ ਢੱਕਣ ਚੱਕ ਕੇ ਨਾ ਤੇਲ ਪਾਉਣੇ ਆਏ ਗੰਨ ਨਾ ਇੱਥੇ ਮਾਰਦੇ ਇਹ ਚੀਜ਼ ਉੱਪਰ ਗੰਨ ਮਾਰਨ ਕਰਕੇ ਇੱਥੋਂ ਸਾਰਾ ਖਰਾਬ ਕਰਦੇ ਆ ਉਰੇ ਵੀ ਲਵਾਇਓ ਕੁਸਮ ਤੇ ਇੱਥੇ ਇਹਦਾ ਪੈਰ ਟੱਚ ਹੋ ਹੀ ਜਾਂਦਾ ਹੈ ਜਦ ਆਪਾਂ ਕਲੱਚ ਦੱਬਦੇ ਆ ਬੈਠੀ ਮੜ ਜਾ ਚੀ ਸੀਟ ਪਰ ਜੁੱਤੀ ਲੱਗਦੀ ਹੈ ਹਾਂ ਬੈਠੀ ਮੜ ਜਾ ਸੀਟ ਪਰ ਧਿਆਨ ਮਾਰਿਓ ਦੇਖਿਓ ਇਹ ਚੀਜ਼ਾਂ ਜਿਹੜੀਆਂ ਕਿਸਾਈ ਜਾਣੀ ਇਹ ਉਹ ਦੇਖੋ ਐ ਚੱਪਲ ਲੱਗਦੀ ਹੈ ਨਾਲ ਐ ਚੱਪਲ ਨਾਲ ਖੈਂਦੀ ਹੈ ਤਾਂ ਆਪਾਂ ਇੱਥੇ ਵੀ ਥੱਲੇ ਮਤਲਬ ਚਾਹੇ ਚਿੱਟੀ ਲੈਮੀਨੇਸ਼ਨ ਕਰਾ ਦੀ ਚਾਹੇ ਕਾਲੀ ਹੈ ਨਾ ਤੇ ਆ ਉਹਦੇ ਮਗਰ ਆਡਾ ਪਰ ਕਰਾ ਦੇਣੀ ਹੈ ਇੱਥੇ ਉਹਦੇ ਉਹ ਪਾਵਰ ਪਲੱਸ ਦੇ ਵੀ ਲੱਗੀ ਵੀ ਆਪਣੇ 1K47 ਤਾਂ ਨਹੀਂ ਛਪਾਉਣੀ ਉਹ ਛਪਾਉਣੀ ਹੈ ਜ਼ਰੂਰ ਮੈਂ ਤਾਂ ਕਹਿੰਦਾ ਸ਼ੋਅ ਦਾ ਕਾਹਨੂੰ ਨਾਸ ਗਿਆ ਮਾਰਨਾ ਉਹਦੇ ਚ ਨਾਲ ਨਾਸ ਕਿਆ ਵੱਜਣਾ ਹਾਂ ਨਾ ਠੀਕ ਹੈ ਤੇ ਸ਼ੀਸ਼ੇ ਲਾਤੇ ਛੋਟੇ ਛੋਟੇ ਮਿਰਰ ਬੜੀ ਆਰਾਮਦਾਰੀ ਹੈ ਇਹ ਬਾਈ ਇਹ ਗੱਡੀ ਅਸਲ ਚ ਕੀ ਆ ਆਲ ਰਾਊਂਡਰ ਹੈ ਅੱਛਾ ਬੜਿਆਂ ਨੂੰ ਬਹਿਮ ਵੀ ਤਾਂ ਇੱਕ ਤੋਂ ਤੁਹਾਡੇ ਨਾਲ ਗੱਲਾਂ ਹੋਰ ਵੀ ਆਪਾਂ ਕਲੀਅਰ ਕਰ ਲਈਏ ਜਦੋਂ ਆਪਾਂ ਟਰੈਕਟਰ ਲੈ ਕੇ ਆਏ ਆ ਇਹ ਕਈਆਂ ਨੂੰ ਤਾਂ ਇਹ ਚੀਜ਼ ਦਾ ਬਹਿਮ ਬਹੁਤ ਬੜਾ ਹੋ ਗਿਆ ਕਹਿੰਦੇ ਵੀ ਪੁਰਾਣਾ ਸਟਾਕ ਕੱਢ ਰਹੇ ਆ ਹੈ ਬਈ ਨਹੀਂ ਨਹੀਂ ਪੁਰਾਣਾ ਸਟਾਕ ਨਹੀਂ ਹੈਗਾ ਪੁਰਾਣਾ ਸਟਾਕ ਕੱਢ ਰਹੇ ਆ ਜੀ ਕਹਿੰਦੇ ਉਹਦੇ ਕਰਕੇ ਵੀ ਇਹ ਟਰੈਕਟਰ ਤੇ ਡਿਸਕਾਊਂਟ ਦਿੱਤਾ ਜਾਂ ਹਨਾ ਕੁਝ ਨਵਾਂ ਕਰਨਾ ਨਵਾਂ ਬਾਈ ਇਹ ਤਾਂ ਦੇਖ 2000 ਮਤਲਬ ਮੈਨੂੰ ਇੰਨਾ ਨਹੀਂ ਪਤਾ ਬਹੁਤ ਪੁਰਾਣਾ ਮਾਡਲ ਵੀ 8 ਮਾਡਲ ਵੀ ਗੱਟਿਆ ਸਾਈਡ ਗੇਅਰ ਆਹੀ ਕੁਝ ਤਾਂ ਬਟ ਚੇਂਜਸ ਇੰਨੀ ਕਾ ਗਏ ਇੱਕ ਤਾਂ ਸਮੂਥ ਬੜਾ ਹੋ ਗਿਆ ਚਲਾਈ 'ਚ ਝਟਕਾ ਬਿਲਕੁਲ ਨਹੀਂ ਲਿਆ ਟਰੈਕਟਰ ਦਾ 23 ਦੇ ਮਾਰਕਿਆਂ 'ਚ ਹੈ ਟਾਇਰ ਵੀ 23 ਦੇ ਹੈ ਟਰੈਕਟਰ ਦੀ ਟੈਂਪਲੇਟ ਜੋ ਵੀ ਮਤਲਬ ਹੈ ਇਹਦੀ ਜਿਹਦੇ 'ਤੇ ਮਾੜਾ ਜਿਹਾ ਲਾਂਘੇ ਲੈਣ ਦੀ ਇਹਨੂੰ ਮੈਂ ਕਹਿੰਦਾ ਬਾਈ ਜੀ ਪਾਏ ਦੀ ਵੀ ਪਾ ਦੇ ਵਿੱਚ ਬਾਈ ਬੰਦੇ ਦੱਸ ਦੇਣਗੇ ਵੀ ਸਾਡੇ ਆਹੀ ਰੇਟ ਚੱਲਦਾ ਤੇ ਆ ਸੁਣਿਓ ਮਾੜਾ ਜਿਹਾ ਰੇਟ 50 ਦਾ 5 ਕਿਲੋ ਇਹ ਬਿਨਾ GST ਵਾਲੇ ਆ ਇਹ ਪਿਆਜ਼ 50 ਰੁਪਏ ਦਾ 5 ਕਿਲੋ 5 ਕਿਲੋ ਆਲੂ ਤੇ ਆਲੂ ਹਾਂ ਚੱਲ ਛੱਡ ਮੈਂ ਮੁੱਦੇ ਤੋਂ ਭਟਕ ਗਿਆ ਕਿੱਥੇ ਦਾ ਹਾਂ 23 ਦੇ ਮਾਰਕਿਆਂ ਤੇ ਪੁਰਾਣਾ ਲੋਹੇ ਵਾਲਾ ਆ ਗਿਆ ਹੈ ਤੇ ਬਾਈ ਇਹ 23 ਦੇ ਮਾਰਕਿਆਂ ਦੇ ਵਿੱਚ ਆਪਣਾ ਸਾਰਾ ਮੈਂ ਇੱਥੇ ਇਹ 23 ਦੇ ਮਾਰਕਿਆਂ ਵਾਲੇ ਇਧਰਲੇ ਪਾਸੇ ਜਾਂ ਇਹਦਾ ਅੰਦਰਲੇ ਪਾਸੇ ਆ ਨਾ ਟਾਇਰ ਉਰੇ ਹੈਗੇ ਮਾਰਕੇ ਚਲੇ ਤਾਂ ਆਪਣੇ ਪਾਸੇ ਇਹਦਾ ਹਾਂ ਇਹ ਤਾਂ ਸੱਚ ਬਦਲੀ ਹੋ ਗਈ ਆਪਣੇ ਇਹਦਾ ਡੈਮੋ ਵਾਲ ਨੂੰ ਗਏ ਹਨਾ ਡੈਮੋ ਵਾਲ ਨੂੰ ਗਏ ਦੇ ਟਾਇਰ ਮੁੱਲੇ ਸੀੜਦੇ ਆ ਮੁੱਲੇ ਪਰ ਹੋਊਗਾ ਮੁੱਲੇ ਪਰ ਵੀ ਹੋਊਗਾ ਮਾਰਕਾ ਦਾ ਚਲੋ ਮੈਂ ਦੇਖਦਾ ਇੱਥੇ ਲੱਭਦਾ ਜੇ ਮੈਨੂੰ ਮਿਲ ਗਿਆ ਜੀ ਦੇਖੀ ਪਰਲੇ ਪਾਸੇ ਆ ਇਹਦੇ ਅੰਦਰਲੇ ਪਾਸੇ ਦੇਖਦਾ ਮਾਰਕਿਆਂ ਦਾ ਵੀ ਯਾਰ ਕਲੀਅਰ ਕਰਾਏ ਦੇਈਏ ਆਪਾਂ ਆਹ ਦੇਖੋ ਧਿਆਨ ਨਾਲ ਧਿਆਨ ਮਾਰਿਓ ਇੱਥੇ ਆਹ ਵਾਲਾ 23 ਦਾ ਮਾਰਕਾ ਤੁਹਾਨੂੰ ਦਿਖ ਗਿਆ ਹੁਣ ਇੱਥੋਂ ਠੀਕ ਹੈ ਜੀ ਅਤੇ ਗੁੱਲੀਆਂ ਨੂੰ ਆਪਾਂ ਹੁਣ ਰੰਗ ਕਰਦੇ ਹਾਂ ਸਿਲਵਰ ਚੱਕੇ ਕਰ ਦੇਣੇ ਆਪਾਂ ਨੇ ਅਤੇ ਇੱਕ ਬਾਅਦ 'ਚ ਵਧਾਈਆਂ ਕਰਤੀਆਂ ਜਿਹੜੀਆਂ ਆਪਾਂ ਨੇ ਹੋਰ ਰਾਜਾ ਮਰਜਾ ਦੱਸ ਦਈਏ ਕਿ ਬਈ ਬਾਅਦ 'ਚ ਦੱਸਣੀਆਂ ਫਿਰ ਜੇ ਹੁਣ ਆਪਾਂ ਦੱਸਦੀ ਫਿਰ ਟੋਕਾ ਟਾਕੀ ਬਹੁਤ ਆਉਣੀ ਆ ਹੁਣ ਬਾਈ ਨੇ ਕਹਿਣਾ ਵੀ ਯਾਰ ਉਹ ਨਹੀਂ ਤੇ ਉਹ ਲੈਣੀ ਤੀ ਯਾਰ ਵਿੱਚ ਕਈ ਪਿਆਰ ਕਰਨ ਵਾਲਿਆਂ ਨੇ ਕਹਿਣਾ ਤਾਂ ਵੀ ਯਾਰ ਉਹ ਨਹੀਂ ਯਾਰ ਤੁਸੀਂ ਆਪਣੇ ਲੋਕਲ ਬਣਾਉਂਦੇ ਹੈ ਨਾ ਹੁਣ ਪਤਾ ਕਿਆ ਹੁਣ ਆਪਾਂ ਸਾਈ ਦੇ ਆ ਜੀ ਫਿਰ ਆਪਣਾ ਵੀ ਮਨ ਆਏ ਹੋਈ ਜਾਣਾ ਹੈ
ट्राली वास्ते बहुत फोन आए, फोटो भी काफी आई है, कुछ क सही भी लगे, कोई बजट तो बाहर थी हूँ जे मतलब लोकल बन दी है जंडू वाले की बन दी है तो मतलब वह इन महंगी हो जाए भी बसों बाहर हो जाता काम है ना। 40 क्विंटल वजन भी बहुत हो जाता ट्राली का, एड्डी भारी भी नहीं, कई फार्मा दी इन्नी चली जानी भी 4-5 लाख तो टुटते नहीं है। तो आपने जी मतलब ट्राली की गल साई बधाई करे, ट्राली आपको मिलनी है 7वें पता नहीं 8वें महीने है ना, 8वें महीने हाँ लास्ट से मिलनी है 25-25 तरीक में। सो ट्राली का भी साडा मसला सारा हल हो गया, पहला सलाह बनाई थी भी 12-6:30 बेच देंगे, घड़ी च माहौल इदा का बन जाता है, शाम को कह दें जी हाँ जी चक देनी एक ट्राली भी इन्नी करनी है, फिर सवेरे कहने भी चल फायदा ही है मिट्टी मुट्टी का काम जिम्मे आ जाता है ना, तो उस हिसाब के नाल। तो बाकी चलते हूँ ट्रैक्टर लेके ट्राली चो कढ़दे हां बाहर, लैमीनेशन लियाने करा के वो थोड़ा दिखाने के पार्ट है जो कराने हैं, ये भी कराने रही है जी मैं नाल सारी बोंट बोंट नहीं कराने तो खराब होजू कला सिर्फ ए लिया ये आप घर कर देनी है ठीक है, यदि भी आओ तेल वाला इन्ना क पार्ट है तो आप सारा ना कराइए ਕਰੇਣ ਦੀ ਇਹ ਦੀ ਫਿਰ ਵੀ ਸਾਈਡ ਚ ਉਹਦੇ ਸੈਂਟਰ ਚ ਉਹਦੇ ਡਿਪ ਜਾ ਲਿਓ ਲੈ ਜਾ ਕੇ ਇਹਨੂੰ ਕਿੱਥੇ ਕਰਾ ਲਿਓ ਇਹਦੇ ਪਰ ਵੈਸੇ ਹੋਰ ਤਾਂ ਕਿਤੇ ਲੱਗਦਾ ਨਹੀਂ ਵੀ ਹੋਰ ਤਾਂ ਇਹਦੇ ਨਾਮ ਗਰਾਡ ਪਰ ਆਪਾਂ ਤੇ ਇਹਦੀ ਧੁਆਈ ਧੁਈ ਕਰਤੀ ਸਾਰਾ ਟਾਇਰ ਟੱਪਾ ਹਨ ਨਵਾਂ ਬਣ ਗਿਆ, ਕਸਾਈ ਚੰਗੀ ਹੋ ਗਈ, ਪਿਛਲੇ ਟਾਇਰਾਂ ਦੀ ਘੱਟ ਹੁੰਦੀ ਹੈ ਥੋੜੀ ਜਿਹੀ ਮੁੱਲਿਆਂ ਦੀ ਜ਼ਿਆਦਾ ਕਸਾਈ ਹੁੰਦੀ ਹੈ, ਤੇ ਚੱਲਦੇ ਆਪਾਂ ਪਿਛਲੇ ਤਾਂ ਉਸ ਤਰ੍ਹਾਂ ਹੀ ਪਏ ਆ ਉਸੇ ਤਰ੍ਹਾਂ ਪਏ ਆ ਹਨਾ, ਤੇ ਕੱਢੀਏ ਟਰਾਲੀ ਅੱਛਾ ਕੱਢ ਟਰੈਕਟਰ ਬਾਹਰ ਫਿਰ ਹਾਂ ਪਤਾ ਜੇ ਮਾਰਾ ਤੁਸੀਂ ਵੀ ਟੇ ਇਹਨੂੰ ਇਹਨੇ ਉਧਰੇ ਲਾ ਦਿਓ ਟਰਾਲੀ ਬੈਕ ਕਰਕੇ ਉਰੀ ਲਾ ਦਈਏ ਬਾਦੀ ਦੇ ਵਿੱਚ। सो सारा समान है जी उसकी संभाल जी कर ली अपने तूड़ी वाले ट्राली जो नवा जल लाए तो वो आप तरपाला पा के खड़ाती इन बहर कर दो परिवार आपने नीवे करते मूहे तो भी जो पानी पुनी है ना वो निकली जाऊगा, तो आ जंडू वाली तवियां अपन ये पहला बकाऊ थी पर अपने रख लिया थी क्योंकि फिर सूँ ए तो भी चल ट्रैक्टर अगे अगे बड़े लेने है ना सारा ही है हले तक चाचे ने सब तो घट चलाया ट्रैक्टर ही मैं दूए नंबर से घट है गोगी ने सीजन ला लिया ना स्टैंडर्ड खड़ा कोल ही कितने जी मार के दे आपने नवे ट्रैक्टर वाले एरिए पाते जी 08-23 ठीक है जी, हूँ कोई शंका कोई बहम 8 तरीक है 23 दे साल वाला गया है ना, तो आ टायर अपने को सारी उम्र मैनू नहीं लगता ट्रैक्टर की क्योंकि चलाई घट देनी है, यदि आपने छो छू ला देनी हूँ किसी दिन जिदन मतलब फिर परसों या कल मीह दस्या वा देखते आप गड्डे देने छो यदी है ना माहौल जिमें भी सैट लग्या, तो आ ट्रैक्टर हूँ अपना बस जनरेटर जनरूटर या होर कामों वास्ते रखना आपने छोटे मोटे कखंड वास्ते है ना, तो इनू हूँ जानी रोड पर भी घट लैने मिट्टी मुट्टी नूं क्योंकि ये एक तो मतलब स्पैंडलों हरेक साल गारा पै जाता है ना जी स्पैंडल पिछले उन्होंने भी साइड डाउन हो गया सीलों चू गारा बड़े जाता है ना, तो मतलब बैरिंग भी खराब खरूब हो जाने फिर वह करके हूँ जिम्मे चलन करके साइज सूज डाउन हो गए तो आप इन मतलब भलवानी गेड़ा वास्ते रखना है ना, हरेक बारे मतलब ये हरेक साल का ही बाई झंझटता ये मतलब मुरले स्पैंडल पट्टने पैंते थे पिछले आ भी ब्रेकां ब्रूकों साफ कर पहला साफ कर कद्दू दे यार बाद फिर साफ कर है ना, तो तेल च ब्रेकां ना हूँ आंदा वह थोए दब कल गोगी ने मैं कहना गड़ाया भी तो अही है ये किवें नचाउंदा तो सप्प वांग है ब्रेकां दब आए नूं ब्रेकां दब आए नूं है वह बस उत्थे बह गई ट्राली चल हो जाए हाँ लेजर का काम कढ़ाता बहाइया जिन्हों दया हो गई वह तो फायदे रह गए नहीं तो फिर मतलब दूजे आ खेतों के होना लेट होगी बहाई है ना जी, तो बारिश करके अज भी संभावना हो रहा चिट्टी पट्टी पै के तो पिंड की लुक जो बदली होगी आज चिट्टिया पट्टिया लग गई पिंड की एंट्री से पाली साइड पिंड तो मार्केट ट्रैक्टर से कपड़ा निकलिया साधुगढ़ वालों सो दिखाने अच्छे अपना की मतलब ये तो करवाना लैमीनेशन के नाल नाल अपनी चैनल की भी ब्रेंडिंग करवानी है जी छतरी दिलवाने होंगे आप सैटा छोटे शीशे लगे ठीक है जी, तो नाले टॉर भी है पूरी नाले पिछले भी वधिया दिखाने बड़ा सोहना ट्रैक्टर मतलब
ਪਤਾ ਨਹੀਂ ਕਿਉਂ ਲੋਕ ਇਹ ਤੋਂ ਵੀ ਇਤਰਾਜ਼ ਕਰੀ ਜਾਂਦੇ ਵੀ ਆਏ ਆਏ ਸਭ ਤਾਂ ਯਾਰ ਬੜਾ ਸ਼ਾਨਦਾਰ ਲੱਗਿਆ ਮਿੱਟੀ ਦੇ ਕੰਮ 'ਚ ਬੜਾ ਸੋਹਣਾ ਟਰੈਕਟਰ ਹੈ ਇਹ ਅਤੇ ਲੋ ਹਾਈ ਬੈਠਣ 'ਚ ਬੜਾ ਖੁੱਲ੍ਹਾ ਖੁੱਲ੍ਹਾ ਟਰੈਕਟਰ ਨਾਲ ਰੱਖ ਲਓ ਚਾਹੇ ਇੱਥੇ ਰੱਖ ਲਓ ਚਾਹੇ ਅਤੇ ਠੀਕ ਹੈ ਚੱਲਦੇ ਹਾਂ ਦਿਖਾਉਂਦੇ ਹਾਂ ਫਿਰ लो जी मित्रो शाम का टाइम हो गया तो मगराडा तो काली टेप लग रही है और टेंकी अपन ने पार्टो लैमीनेशन कराता उन्होंने तो हूँ इस तुम बाद अपना छाती तो इतने दिल पिटी लम ब्लॉक वाली अपने वो लिखा इतने अपने स्टिकर जो चैनल नेम है तो मगराडा तो कटिंग हो रही है इतने क्योंकि समान समून रखा जाता ना जब लेजर कराते चलता तो सिस्टम फिट हों बक्सा बुक्सा टेची रखते हैं तो फिर मगराड़ नहीं खराब होंगे कद्दू के सेफ रहेंगे थोड़े जी ज़्यादा नहीं कराने चीज़ा सारिया ठीक हैं आई चीज़ें तो लो जी दिलप्रीत ढिल्लों ब्लॉग साले मैं प्लग देखा ना इधर इधर भी नहीं लगे वा ना इधर लगे वा अच्छा एक मिनट मौसम हो गया फिर तो खराब आ चिट्टा जा है ना हूने भजी है फिर लाइट तो ब्रैंडिंग कटा ली आप दिलप्रीत ढिल्लों ब्लॉग्स वाले भी वो सवेरे लावांगे क्योंकि टाइम हो गया ज़्यादा तो हवा चल गई मीह दे फिर हो गए तो शिंदा आया शिंदे तो पुछने ट्रैक्टर भी किवें आवे जो अपना ट्रैक्टर सोना है इन्ने चाहता भी कुछ नहीं अज मैं एक बाई का फोन आया वो कहता भी शायद यार कहता मैं लगता भी जांसी वाले ने जांसी छड़नी तां करके मां भी मैं गल दस भी 100 ट्रैक्टर किहदे कोल रहिंदा है ना ਹੁਣ ਘੱਟੋ ਘੱਟ 2000 ਇਨਕੁਆਇਰੀ ਆਈ ਆ ਉਹਨਾਂ ਕੋਲ ਏਜੰਸੀ ਛੱਡਣੀ ਹੈ ਕਿੱਲੋ 555 ਥੋੜੀ ਹੈ ਵੀ 500 ਹੋਰ ਵੀ ਟਰੈਕਟਰ ਸੇਲ ਆਊਟ ਕਰਨੇ ਆ ਹਾਂ ਬਿਲਕੁਲ ਤੇ ਕੁਝ ਕੁ ਕੰਮ ਪੈਂਡਿੰਗ ਰਹਿ ਗਿਆ ਦੂਏ ਟਰੈਕਟਰ ਮੰਗੇ 147 ਲੈ ਗਈ ਇਹਦੇ ਦੀ ਹਨ ਤੇ ਬੈਂਪਰ ਚੇਂਜ ਕਰਨਾ ਕੱਲ ਨੂੰ ਤੇ ਇੱਕ ਸਰਪ੍ਰਾਈਜ਼ ਵਾਲਾ ਕੰਮ ਹੋਰ ਹੋ ਜਾਣਾ ਸਵੇਰੇ ਆਪਾਂ ਨੇ ਟਾਇਰ ਬਦਲੀ ਕਰਨੇ ਨੇ ਦੂਜੇ ਟਰੈਕਟਰ ਦੇ ਉਹ ਵੀ ਦਿਖਾਵਾਂਗੇ ਕਿਹੜੇ ਲਾਉਣੇ ਆ ਤੇ ਟੇਪ ਦਾ ਕੰਮ ਥੋੜਾ ਬਹੁਤਾ ਪੈਂਡਿੰਗ ਜਿਹਾ ਰਹਿ ਗਿਆ ਲੈਮੀਨੇਟ ਆਪਾਂ ਨੇ ਉਹਨਾਂ ਕੀ ਹਿੱਸਾ ਕਰਾ ਲਿਆ ਕਿਉਂਕਿ ਉਹਦੇ ਤੇ ਨਾ ਫਿਰ ਗੰਨ ਗੁੰਨ ਬਾਜੀ ਰਹਿੰਦੀ ਆ ਉਹ ਜਦੋਂ ਤੇਲ ਪਾਉਂਦੇ ਨੇ ਤੇ ਮਗਰਾੜ ਇੰਨੇ ਕ ਆਪਾਂ ਬਲੈਕ ਕਰਾਤੇ ਥੋੜੀ ਜਿਹੀ ਹੋ ਲੈ ਗਈ ਕਟਿੰਗ ਜੀ ਉਹਦੀ ਉਹਦੇ ਉਹ ਡੰਡੇ ਵਾਲੀ ਹਾਂ ਉੱਥੇ ਵੀ ਉਹਨੂੰ ਕਵਰ ਦਾ ਕਰ ਦਿਓ ਤੇ ਬੰਫਰ ਦੇਖੋ ਤੁਸੀਂ ਮਾਰਦਾ ਪਿੱਛੇ ਨਹੀਂ ਆ ਤੇ ਜਿੰਨਾ ਵੀ ਪੇਂਟ ਹੋਵੇ ਖਾ ਪੀ ਲਓ ਆਜੋ ਪਹਿਲਾਂ ਕੁਛ ਕਹਿੰਦੇ ਅੱਜ ਪਾਰਟੀ ਚੱਲ ਰਹੀ ਹੈ ਟਰੈਕਟਰ ਦੀ ਇਹਨਾਂ ਦੀ ਵੀਡੀਓ ਸਨੀਰ ਵਾਲਾ ਪੀਜ਼ਾ ਸਾਧੂਗੜ੍ਹ ਦੀਪਕ ਦੀ ਦੁਕਾਨ 'ਚ ਇਹਦੇ ਕੋਲ ਨਾ ਮੇਰਾ ਹਰੇਕ ਵਾਰ ਦੀ ਕੰਮ ਹੈ 10 ਵਜਦੀ ਵਜਦੇ ਆ ਪੱਕਾ ਚਾਹੇ ਮੈਂ 12 ਵਜੇ ਆਵਾਂ ਚਾਹੇ ਮੈਂ 2 ਵਜੇ ਆਵਾਂ ਚਾਹੇ ਮੈਂ 10 ਰੁਪਈਆਂ ਦਾ ਕੰਮ ਕਰਾਵਾਂ ਚਾਹੇ ਕਰਾਵਾਂ 500 ਦਾ ਇਹ ਨਾਲ ਕਰ ਦਿੰਦਾ ਬਾਲੀਆਂ ਰੀਜਾਂ ਲਾਉਂਦਾ ਪਤੰਦਰ ਦੀਪਕ ਜੀ ਕੱਲ ਨੂੰ ਤੁਹਾਨੂੰ ਫੇਮਸ ਕਰ ਦੇਣਾ ਆਪਾਂ ਨੇ ਹਾਂ ਬਾਕੀ ਤੁਸੀਂ ਐ ਵੀ ਕੰਮ ਕੱਲਾ ਦੁਕਾਨ 'ਚ ਕਰਦੇ ਘਰੇ ਹੋਮ ਡਿਲੀਵਰੀ ਨਹੀਂ ਕਰਦੇ ਹੈ ਨਹੀਂ ਤਾਂ ਫਿਰ ਆਪਾਂ ਨੇ ਫੱਟੇ ਚੱਕ ਦੇਣੇ ਤੇ ਕੱਲ ਨੂੰ ਫਿਰੋਜ਼ਪੁਰ ਆਉਣ ਤਾਂ ਦੇਖਦੇ ਫਿਰੋਜ਼ਪੁਰ ਬਠਿੰਡੇ 'ਤੇ ਫੋਨ ਫਿਰ